ਭਾਰਤੀ ਟੀਮ ਦੇ ਇੰਗਲੈਂਡ ਦੌਰੇ ਤੇ ਇੱਕ ਹੋਰ ਸ਼ਰਮਨਾਕ ਖਾ ਸ਼ਾਹਰੁਖ ਖਾਨ ਦੀ ਬੇਟੀ ਸੁਆਇਨਾ ਖਾਨ ਦਾ ਫਿਲਮ ਫੇਅਰ ਅਵਾਰਡ ਦੀ ਮੈਗਜ਼ੀਨ ਦੇ ਕਵਰ ਪੇਜ ਤੇ ਫੋਟੋ। ਪ੍ਰਧਾਨ ਮੰਤਰੀ ਅੱਜ ਫਿਰ ਜਾਪਾਨ ਨੂੰ ਉੱਡਣਗੇ। ਅੱਜ ਦੀ ਮੁੱਖ ਖਬਰ ਇਹ ਹੈ ਕਿ ਪੰਜਾਬ ਦੇ ਮਸ਼ਹੂਰ ਸਿੰਗਰ ਬੌਬ ਗਰੇਵਾਲ ਜੋ 2 ਮਹੀਨਿਆਂ ਤੋਂ ਲਾਪਤਾ ਸਨ ਅੱਜ ਘਰ ਮੁੜ ਆਏ ਨੇ। ਉਹਨਾਂ ਨੂੰ ਅੱਧਨਗਨ ਹਾਲਾਤਾਂ ਵਿੱਚ ਫੁੱਟਪਾਥ 'ਤੇ ਵੇਖਿਆ ਗਿਆ। ਬੌਬ ਇੰਨੇ ਦਿਨ ਕਿੱਥੇ ਰਹੇ ਅਤੇ ਕਿਸ ਨਾਲ ਰਹੇ ਇਸ ਬਾਰੇ ਉਹਨਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜੇ ਸੂਤਰਾਂ ਦੀ ਮੰਨੀ ਜਾਵੇ ਤਾਂ ਬੌਬ ਦਾ ਕਿਡਨੈਪ ਉਹਨਾਂ ਦੇ ਚੱਕਵੇਂ ਅਤੇ ਭੜਕਾਊ ਗਾਣਿਆਂ ਕਰਕੇ ਹੋਇਆ ਸੀ। ਬੌਬ ਮੁੜ ਆਏ ਨੇ ਅਤੇ ਇਸ ਖਬਰ ਦੀ ਪੁਸ਼ਟੀ ਉਦੋਂ ਹੋਈ ਜਦੋਂ ਬੌਬ ਨੇ ਆਪਣੇ ਕਿਸੇ ਫੈਨ ਤੋਂ ਫੋਨ ਮੰਗ ਕੇ ਕਿਸੇ ਨੂੰ ਮਦਦ ਲਈ ਬੁਲਾਇਆ। ਉਸੇ ਫੈਨ ਨੇ ਧੱਕੇ ਨਾਲ ਉਹਨਾਂ ਨਾਲ ਸੈਲਫੀ ਵੀ ਲਈ। ਬੌਬ ਉਸ ਸਮੇਂ ਕਾਫੀ ਮਾੜੀ ਹਾਲਤ ਵਿੱਚ ਸਨ। ਬੌਬ ਦੀ ਖਰਾਬ ਹਾਲਤ ਵਾਲੀ ਫੋਟੋ ਫੇਸਬੁੱਕ 'ਤੇ ਕਾਫੀ ਵਾਇਰਲ ਹੋ ਰਹੀ ਹੈ। ਬੌਬ ਭਾਰੀ ਸਦਮੇ ਵਿੱਚ ਨੇ ਅਤੇ ਉਹਨਾਂ ਦਾ ਕਾਫੀ ਮਜ਼ਾਕ ਵੀ ਉਡਾਇਆ ਜਾ ਰਿਹਾ ਅਤੇ ਉਹਨਾਂ ਨੇ ਪੁਲਿਸ ਨੂੰ ਕੋਈ ਬਿਆਨ ਨਹੀਂ ਦਿੱਤਾ। ਬੌਬ ਨੂੰ ਉਹਨਾਂ ਦੇ ਮੈਨੇਜਰ ਲੈਣ ਆਏ, ਇਸ ਗੱਲ ਦੀ ਪੁਸ਼ਟੀ ਉਹਨਾਂ ਨੇ ਖੁਦ ਕੀਤੀ। ਸੂਤਰ ਇਸ ਨੂੰ ਪੰਜਾਬੀ ਸੱਭਿਆਚਾਰ ਬਚਾਓ ਮੁਹਿੰਮ ਦਾ ਇੱਕ ਹਿੱਸਾ ਮੰਨ ਰਹੇ ਨੇ। ਹੁਣ ਸਵਾਲ ਇਹ ਹੈ ਕਿ ਹੁਣ ਕਿਸ ਸਿੰਗਰ ਦੀ ਵਾਰੀ ਹੈ? ਚੱਲ ਫੋਕ ਸੁਣਾ ਕੋਈ ਫੋਕ ਫੋਕ ਗੀਤ। ਉਹ ਜਿਹੜਾ ਇੱਕ ਦੇ ਜ਼ੋਰ ਨਾਲ ਗਾਉਂਦੇ ਹੁੰਦੇ ਨੇ, ਬਾਡਰ ਨੀ ਟੱਪਦਾ ਚਿੱਟਾ ਨੀ ਮੁੰਡਾ ਲੁਧਿਆਣ ਉਡੀਕਦਾ, ਬਜਾ ਦੇ ਬਜਾ ਦੇ ਡੀਜੇ ਵਾਲੇ ਬਾਬੂ ਮੇਰਾ ਬਜਾ ਦੇ। ਤੇਰੇ ਵਿੱਚ ਸੋਹਣੀਆ ਨੀ ਮੈਂ ਬੋਲਦਾ, ਮੇਰੇ ਵਿੱਚ ਬੋਲੋ ਬਿੱਲੋ ਬੱਤੀ ਬੋਲਦਾ, ਜਿਹੜੇ ਤੇਰੇ ਪਿੱਛੇ ਮਾਰਦੇ ਸੀ ਘੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਹਾ। ਭੈਣ ਤਿਆ ਯਾਰਾ, ਮੇਰਾ ਛੋਟਾ ਭਾਈ ਨਾ ਤੇਰੇ ਗਾਣਿਆਂ ਦਾ ਬਹੁਤ ਸ਼ੌਕੀ ਸੀ, ਤੇਰੇ ਗਾਣੇ ਸੁਣ ਸੁਣੀ ਚਿੱਟਾ ਪੀਣ ਲੱਗ ਗਿਆ। ਇੱਕ ਦਿਨ ਚਿੱਟੇ ਨਾਲ ਰੱਜ ਕੇ ਪਿਸਤੌਲ ਲਿਆ ਆ, ਪਿਓ ਚ ਗੋਲੀ ਚਲਾ ਤੀ, ਸਾਲਿਆ ਪੈਸੇ ਬਣਾਈ ਜਾਂਦਾ ਸਾਰਾ ਘਰ ਖਰਾਬ ਕਰਤਾ। ਯਾਰ ਮੈਂ ਮਿਊਜ਼ਿਕ ਸਿੱਖਣਾ, ਕੋਈ ਵਧੀਆ ਜਿਹਾ ਉਸਤਾਦ ਲੱਭ। ਪਤਾ ਕਰਦਾ, ਠੰਡੇ ਦਿਮਾਗ ਨਾਲ ਹਜੇ ਵੀ ਸੋਚ ਲਓ ਬਾਈ ਜੀ, ਸਿੱਖਣ ਦੀ ਤੁਹਾਨੂੰ ਕੀ ਲੋੜ ਹੈ? 4 ਲੱਖ ਰੁਪਈਆ ਸ਼ੋਅ ਦਾ ਲੈਂਦੇ ਆਪਾਂ, ਦਸੰਬਰ ਤੱਕ ਰੈਗੂਲਰ ਬੁਕਿੰਗ ਹੈ। ਨਾਲੇ ਉਹ ਪੇਂਡੂ ਜੇ ਬੰਦੇ ਪਿੱਛੇ ਲੱਗ ਗਏ, ਤੁਸੀਂ ਇਹਦੇ ਤੋਂ ਸਿੱਖੋਗੇ? ਗੁਰੂ ਚੇਲੇ ਦੀ ਪ੍ਰਥਨਾ ਸਿਖਾਉਂਦਾ ਏ। ਨਹੀਂ ਯਾਰ, ਹੁਣ ਮੈਨੂੰ ਸਿੱਖ ਹੀ ਲੈਣ ਦੇ। ਕਿਉਂ ਡਰਦੀ ਤੂੰ ਘਰਦਿਆਂ ਤੋਂ, ਕਿਉਂ ਅੱਡੇ ਉਹਨਾਂ ਅੱਗੇ ਝੋਲੀ, ਯਾਰ ਤੇਰਾ ਚਿੱਟਾ ਪੀ ਕੇ ਤੇਰੇ ਘਰੇ ਚਲਾ ਦੂ ਗੋਲੀ। ਉਸਤਾਦ ਜੀ ਹੈਗੇ ਆ? ਉੱਪਰ ਹੈ ਜੀ। ਉਸਤਾਦ ਜੀ, ਉਸਤਾਦ ਜੀ ਕੋਈ ਮਿਲਣਾ ਹੈ। ਮੈਂ ਬੌਬ ਗਰੇਵਾਲ, ਮੈਨੇਜਰ ਦੀ ਗੱਲ ਹੋਈ ਹੋਣੀ ਤੁਹਾਡੇ ਨਾਲ।
ज्यादा दिल कर रहा है, जा चा लेके आ। ਉੱਤੇ ਨਹੀਂ ਥੱਲੇ ਆ ਜਾ। ਬੱਬੀ ਇੱਕ ਗੱਲ ਯਾਦ ਰੱਖੀ, ਜ਼ਿੰਦਗੀ 'ਚ ਭਾਵੇਂ ਨੁਸਰਤ ਬਣ ਜਾਈਆਂ ਪਰ ਆਪਦੇ ਅੰਦਰ ਦੇ ਬੌਬ ਕਰੇਵਾਲ ਨੂੰ ਕਦੇ ਨਾ ਮਰਨ ਦੇ, ਕਿਉਂਕਿ ਰੋਟੀ ਤੈਨੂੰ ਬੌਬ ਨੇ ਦੇਣੀ ਹੈ। ਜਾ ਸ਼ੇਰ ਭਗਤ ਸਿੰਘ ਸ਼ੇਰ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ, ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ, ਕਿਸੇ ਪਿੰਡ ਵਿੱਚ ਦੱਸਿਆ ਜਾ, ਉਹ ਤਾਂ ਤੁਰ ਪਈ ਖਾਤਿਰ ਪ੍ਰੇਮ ਦੇ ਮਿਲੀ ਜੇਲ ਦਰੋਗੇ ਨੂੰ ਜਾ।
ਆਹ ਦੇਖ ਲੈ ਯਾਰ, 24 ਘੰਟਿਆਂ ਦੇ ਵਿੱਚ 10,000 ਵਿਊ ਹੋਏ ਨੇ ਅਤੇ 25 ਕਮੈਂਟ ਨੇ। ਕਿੱਥੇ ਬਾਈ ਆਪਾਂ ਟ੍ਰੈਂਡਿੰਗ 'ਚ ਚੱਲਦੇ ਹੁੰਦੇ ਸੀ। 3 ਗਾਣੇ ਫਲੋਪ ਹੋ ਚੁੱਕੇ ਆਪਣੇ ਅਤੇ 3 ਹੀ ਇਹਦੇ ਨਾਲ ਦੇ ਹੋਰ ਰਿਕਾਰਡ ਕੀਤੇ ਪਏ ਆ। ਬਾਈ ਮੇਰੀ ਗੱਲ ਮੰਨੋ, ਜੋ ਡਿਮਾਂਡ ਆ ਨਾ ਉਹੀ ਗਾਓ। ਪੰਨੇ ਘੋੜੀਆਂ ਹਵੇਲੀ ਬਾਹਰੋਂ ਬਾਹਰ ਨੀ, ਫਾਈਟ ਨੂੰ ਵੀ ਪਿੱਟ ਬੁੱਲ ਚਾਰਨੀ। ਘੋੜੀਆਂ ਹਵੇਲੀ ਬਾਹਰੋਂ ਬਾਹਰ ਨੀ, ਫਾਈਟ ਨੂੰ ਵੀ ਪਿੱਟ ਬੁੱਲ ਚਾਰਨੀ। ਨੀ ਕੰਡਿਆਂ ਤੇ ਸੈਰ ਕਰਦਾ ਆਏ, ਹੁੰਦੀ ਆ ਪਾਬੰਦੀ ਹਥਿਆਰ ਦੀ। ਨੀ ਉੱਥੇ ਜੱਟ, ਨੀ ਉੱਥੇ ਜੱਟ, ਹਾਏ ਨੀ ਉੱਥੇ ਜੱਟ ਫੈਰ ਕਰਦਾ। ਹੁੰਦੀ ਆ ਪਾਬੰਦੀ ਹਥਿਆਰ ਦੀ, ਨੀ ਉੱਥੇ ਜੱਟ ਫੈਰ ਕਰਦਾ। ਛੱਡ ਮੈਨੂੰ। ਹੈਲੋ, ਹੈ ਕੋਈ? ਕੌਣ? ਹਾਂ ਬਈ, ਸਮਾਜ ਸੇਵਕ ਪਛਾਣਿਆ? ਬੋਬ ਗਰੇਵਾਲ। ਗਰੇਵਾਲ ਬੱਬੀ ਬੱਬੀ ਕਹਿੰਦੇ ਆ ਨਾ ਪਿੰਡ ਚ। ਗਰੇਵਾਲ ਪਛਾਣ ਗਿਆ? ਜਦੋਂ ਵੀਰ ਭਗਤ ਸਿੰਘ ਸ਼ੇਰ ਨੂੰ ਦਿੱਤਾ। ਆ ਗਾਣਾ ਸੁਣਿਆ ਕਦੇ? ਹੁਕਮ ਸੁਣਾ ਉਹਦੀ ਖੋਵਣ ਟ੍ਰੈਂਡਿੰਗ ਚ ਸੀ। ਕਿਸੇ ਪਿੰਡ ਵਿੱਚ ਦੱਸਿਆ ਜਾ। ਚਿੱਟੇ ਵਾਲਾ ਤਾਂ ਤੂੰ ਪਹਿਲੇ ਦਿਨ ਹੀ ਸੁਣ ਲਿਆ ਸੀ। ਬੰਦੂਕ ਕੱਢ ਕੇ ਲੈ ਜੂੰਗੀ ਤੈਨੂੰ, ਅਸਲਾ ਲੰਡੀ ਜੀਪ। ਉਹ ਕਹਿੰਦਾ ਮੈਂ ਕੱਢ ਕੇ ਲੈ ਜੂੰ, ਉਹ ਕਹਿੰਦਾ ਨਹੀਂ ਨਹੀਂ ਜੀ, ਘਰਦੇ ਨਹੀਂ ਮੰਨਦੇ, ਵਿਆਹ ਕੇ ਲੈ ਕੇ ਜਾਈ। ਇਹ ਜਾਂ ਤੂੰ ਪਹਿਲੇ ਦਿਨ ਸੁਣ ਲੈਂਦਾ, ਫਿਰ ਇਹ ਕਿਉਂ ਨਹੀਂ ਸੁਣਿਆ ਓਏ? ਯੂਟਿਊਬ 'ਤੇ ਨਹੀਂ ਪਾਇਆ ਨਾ? ਤੂੰ ਕਿਹੜੇ ਗਾਣੇ ਸੁਣਦਾ ਓਏ, ਉਹ ਦੱਸ। ਪੁਰਾਣੇ ਗਾਣੇ, ਪੁਰਾਣੇ ਗਾਣੇ ਸੁਣਦਾ। ਕਿਹੜੇ ਪੁਰਾਣੇ? ਪੁਰਾਣੇ ਜਿਹੜੇ ਹੁੰਦੇ ਆਪਣੇ। ਕਿਹੜੇ ਹੁੰਦੇ ਆ? ਪੁਰਾਣੇ ਤਾਂ ਬਹੁਤ ਹੁੰਦੇ ਆ। ਸੁਣਦੇ ਨੇ ਸਭੀ ਜਿਹੜੇ? ਕਿਹੜੇ ਸੁਣਦੇ ਆ ਸਾਰੇ? ਕੋਈ ਦੱਸ ਜਿਹੜਾ ਤੂੰ ਸੁਣਦਾ। ਭੈਣ ਸਾਲੀਏ ਤੇਰੀ ਨਹੀਂ ਹੁਣ ਕੰਡਮ ਹੋ ਗਈ। ਸ਼ਾਬਾਸ਼, ਕੀ ਹੋ ਗਈ ਭੈਣ? ਕੰਡਮ ਹੋ ਗਈ। ਕੰਡਮ ਹੋ ਗਈ ਮਤਲਬ? ਮਤਲਬ ਕੀ? ਕਿ ਕਿਸੇ ਕੰਮ ਦੇ ਨਹੀਂ ਮਤਲਬ। ਤੈਨੂੰ ਲੱਗਦਾ ਵੀ ਇਹ ਬੜਾ ਸੱਭਿਆਚਾਰਕ ਗੀਤ ਹੈ? ਮਤਲਬ ਸੁਣਦੇ ਆ ਇਹ, ਇਹੀ ਚੱਲਦੇ ਨੇ। ਡੀਜੇ ਵੀ ਪਾਇਆ ਨਾ ਤੂੰ? ਹਾਂ, ਸਾਂਝ ਹੈ ਮੇਰੀ। ਰੋਜ਼ੀ ਰੋਟੀ ਚੱਲਦੀ ਹੈ ਤੇਰੀ? ਹਾਂ ਬਿਲਕੁਲ। ਕਿੱਥੇ ਚੱਲਦਾ ਹੁੰਦਾ ਡੀਜੇ? ਵਿਆਹ 'ਚ। ਵਿਆਹ 'ਚ? ਹੈ ਖੁਸ਼ੀ ਦੇ ਮੌਕੇ, ਖੁਸ਼ੀ ਦਿਹਾੜੇ 'ਚ, ਪਾਰਟੀਆਂ ਪੂਟੀਆਂ 'ਚ ਜੀ। ਉੱਥੇ ਫਿਰ ਜਿਹੜੇ ਇਕੱਠੇ ਹੋਏ ਹੋਣਗੇ, ਦਾਰੂ ਦੂਰੂ ਚੱਲਦੀ ਹੋਊ, ਫਿਰ ਉਹ ਦਾਰੂ ਪੀ ਕੇ ਕਹਿੰਦੇ ਹੋਣਗੇ ਕਿ ਧਾਰਮਿਕ ਗੀਤ ਲਾ ਹੁਣ ਅਸੀਂ ਨੱਚਣਾ। ਐਵੇਂ ਨਹੀਂ ਮਤਲਬ, ਧਾਰਮਿਕ ਨਹੀਂ ਲਵਾਉਂਦੇ ਨਾ। ਆਪਸ 'ਚ ਯਾਰ ਬੇਲੀ ਇਕੱਠੇ ਹੋਏ, ਸਿਰ 'ਤੇ ਪੈਗ ਰੱਖ ਕੇ ਕਹਿੰਦੇ ਹੋਣਗੇ ਬਈ ਕੋਈ ਕੀਰਤਨ ਲਾ, ਅਸੀਂ ਲੁੱਡੀਆਂ ਪਾਉਣੀਆਂ ਨੇ। ਨਹੀਂ ਨਹੀਂ, ਫਿਰ ਚੱਕਵੇਂ ਗਾਣੇ ਲਵਾਉਂਦੇ ਆ ਡੀਜੇ 'ਤੇ, ਫਲੋ ਬਣਦਾ ਨਾ। ਸਾਨੂੰ ਵੀ ਪਤਾ ਹੁੰਦਾ ਕੀ ਡਿਮਾਂਡ ਆ ਲੋਕਾਂ ਦੀ ਨੱਚਣ ਟੱਪਣ 'ਤੇ। ਫੇਸਬੁੱਕ ਪੇਜ ਵੀ ਹੈ ਨਾ ਤੇਰਾ? ਵਾਹਵਾ ਮਸ਼ਹੂਰ ਹੋਇਆ ਤੂੰ, ਬੜਾ ਚਾਅ ਤੈਨੂੰ ਅੱਜ ਕੱਲ੍ਹ ਲਾਈਵ ਹੋਣ ਦਾ। ਦੇਖੇ ਮੈਂ ਤੇਰੇ ਲਾਈਵ, ਉਵੇਂ ਐ ਜਿਹੇ ਹੋ ਕੇ ਜਿਹਨੂੰ ਮਰਜ਼ੀ ਗਾਲਾਂ ਕੱਢ ਦਿਉ। ਉਹ ਜੀ ਲੰਡਰ ਗੀਤ ਗਾਉਂਦਾ, ਉਹ ਜੀ ਲੁੱਚੇ ਗੀਤ ਗਾਉਂਦਾ, ਉਹ ਕੰਜਰੀ ਨੱਚਦੀ ਫਿਰਦੀ ਹੈ, ਉਹਨੂੰ ਕੱਪੜੇ ਪਾਉਣ ਦਾ ਨਹੀਂ ਪਤਾ, ਕਿਸੇ ਦੀ ਲੱਤ ਖਿੱਚ ਲਈ, ਕਿਸੇ ਦੀ ਬਾਂਹ ਖਿੱਚ ਲਈ, ਸਾਡੀ ਕੌਮ ਨੂੰ ਖਤਰਾ, ਸੱਭਿਆਚਾਰ ਨੂੰ ਖਤਰਾ, ਕਾਫੀ ਇਹੀ ਕੁਛ ਕਰਦਾ ਨਾ ਤੂੰ। ਕਿਉਂ ਕਰਦਾ ਓਏ? ਵਿਹਲਾ ਹੁੰਦਾ
ਕਈ ਵਾਰੀ ਡੀਜੇ ਨਹੀਂ ਹੁੰਦਾ ਕਿਸੇ ਦਿਨ। ਜਦ ਤੂੰ ਕੋਈ ਡਾਕੂ ਵਾਲੀ ਫਿਲਮ ਦੇਖਦਾ ਤੂੰ ਡਾਕੂ ਬਣ ਜਾਂਦਾ? ਨਾ। ਜਦੋਂ ਕੋਈ ਬੰਦਾ ਭਗਤ ਸਿੰਘ ਦੀ ਫਿਲਮ ਦੇਖ ਕੇ ਆਉਂਦਾ ਤੇ ਬਾਅਦ ਚ ਭਗਤ ਸਿੰਘ ਬਣ ਜਾਂਦਾ? ਜਾਂ ਜਿਹੜਾ ਬੰਦਾ ਗਾਂਧੀਵਾਦ ਪੜ੍ਹਦਾ ਉਹ ਬਾਅਦ ਚ ਗਾਂਧੀਵਾਦੀ ਹੋ ਜਾਂਦਾ? ਨਹੀਂ। ਸ਼ਕਤੀਮਾਨ ਦੇਖ ਕੇ ਤੂੰ ਕੋਠੇ ਤੋਂ ਛਾਲ ਮਾਰਤੀ ਹੋਵੇ? ਨਾ ਨਾ, ਇਹਨਾਂ ਚੀਜ਼ਾਂ ਦਾ ਐ ਨਹੀਂ ਅਸਰ ਹੁੰਦਾ। ਉਹ ਤਾਂ ਰਹਿਣੀ ਪੈਣੀ ਦਾ, ਜੈਸਾ ਦੇਸ ਵੈਸਾ ਭੇਸ। ਫਿਰ ਮੇਰਾ ਗਾਣਾ ਸੁਣ ਕੇ ਕੋਈ ਚਿੱਟਾ ਕਿਵੇਂ ਪੀਲੂ ਏ? ਜੇ ਤੈਨੂੰ ਕੋਈ ਨਹੀਂ ਪਸੰਦ ਨਾ ਸੁਣੋ, ਆਪੇ ਬੰਦ ਹੋ ਜੂ ਅਗਲਾ। ਬਣਾਉਣ ਵਾਲੇ ਤੁਸੀਂ, ਹਿੱਟ ਕਰਨ ਵਾਲੇ ਤੁਸੀਂ, ਖਾੜੇ ਤੁਸੀਂ ਲਵਾਉਂਦੇ ਹੋ, ਪ੍ਰੋਗਰਾਮ ਤੁਸੀਂ ਕਰਵਾਉਂਦੇ ਹੋ, ਸੈਲਫੀਆਂ ਵੀ ਕਰਵਾਉਂਦੇ ਹੋ, ਸਾਡੇ ਗਾਣੇ 'ਤੇ ਨੱਚਦੇ ਹੋ, ਭੰਗੜੇ ਪਾਉਂਦੇ ਹੋ, ਸਭ ਕੁਛ ਕਰਦੇ ਹੋ, ਸਭ ਕੁਛ ਤੁਹਾਡੇ ਹੱਥ ਹੈ, ਤੁਸੀਂ ਫੇਲ ਕਰ ਦਿਓ, ਪਾਸ ਕਰ ਦਿਓ, ਫਿਰ ਸਾਡਾ ਕਸੂਰ ਕਿੱਥੇ ਹੈ? ਸਾਲਿਆ, ਜਦੋਂ ਤੂੰ ਮੈਨੂੰ ਫੜਿਆ ਸੀ ਨਾ, ਮੈਨੂੰ ਲੱਗਿਆ ਮੇਰੀ ਗਲਤੀ ਸੀ। ਮੈਂ ਮੰਨੀ ਕਿ ਮੈਂ ਗੰਦੇ ਗੀਤ ਗਾਏ, ਅਸਰ ਹੋਇਆ, ਮੈਂ ਸਭ ਕੁਛ ਛੱਡਤਾ, ਮੈਂ ਆਪਣੇ ਸ਼ੋਅ ਵੀ ਛੱਡਤੇ, ਆਪਣਾ ਨੁਕਸਾਨ ਕਰਾਇਆ। ਮੈਂ ਕਿਹਾ ਚਲੋ ਅੱਜ ਸਿੱਖਦੇ ਹਾਂ ਦਿਲੋਂ, ਤਨੋ ਮਨੋ ਤਨੋ, ਦਿਲੋਂ ਮੈਂ ਸਿੱਖਿਆ, ਸਿੱਖ ਕੇ ਗਾਇਆ, ਚੰਗੇ ਗੀਤ ਗਾਏ, ਕਿਸੇ ਨੇ ਨਹੀਂ ਸੁਣੇ। ਉਹ ਪਏ ਨੇ ਸਾਲੇ ਡੱਬਾ ਬੰਦ, ਕੋਈ ਵਿਊ ਨਹੀਂ, ਕੋਈ ਪ੍ਰੋਗਰਾਮ ਨਹੀਂ, ਘਰੇ ਬੈਠਾ ਮੈਂ ਬੇਰੁਜ਼ਗਾਰ। ਜਦੋਂ ਸਾਲਾ ਫੁੱਦੂ ਗਾਉਂਦਾ ਸੀ, ਜਦੋਂ ਗੰਦ ਮੰਦ ਗਾਉਂਦਾ ਸੀ, ਤੁਸੀਂ ਨੱਚਦੇ ਸੀ, ਵਾਹ ਕਿਆ ਬਾਤ ਹੈ, ਕਮੈਂਟ ਚੱਕਦੇ ਫੱਟੇ, ਨਜ਼ਾਰੇ ਲਿਆਤੇ, ਅੱਤ ਸਿਰਾ ਗਾਡਰ। ਜਦੋਂ ਸਾਲਾ ਮੈਂ ਸਮਝਦਾਰ ਬਣਿਆ, ਮੈਂ ਸਿੱਖ ਕੇ ਗਾਇਆ, ਉਦੋਂ ਸਾਲਿਓ ਤੁਸੀਂ ਢੂਆ ਨਹੀਂ ਮਾਰਿਆ ਹੋਏ? ਮੈਂ ਕਿਉਂ ਨਾ ਗਾਵਾਂ ਲੱਚਰ ਗੀਤ ਹੋਏ, ਕਿਉਂ ਨਾ ਗਾਵਾਂ ਗੰਦੇ ਗੀਤ? ਅਖੇ ਜੀ, ਅਖੇ ਜੀ, ਤੇਰਾ ਗਾਣਾ ਸੁਣ ਕੇ ਭਰਾ ਨੇ ਗੋਲੀ ਚਲਾ ਤੀ, ਫਲਾਣਾ ਕਰਤਾ ਟਿੰਕਾ ਕਰਤਾ। ਭੈਣ ਦਿਆ ਖਸਮਾ, ਉਹਨੇ ਚਿੱਟਾ ਮੇਰਾ ਗਾਣਾ ਸੁਣ ਕੇ ਨਹੀਂ ਸੀ ਪੀਤਾ, ਇਸ ਕਰਕੇ ਪੀਤਾ ਸੀ, ਉਹਦੀ ਉਹਦੀ ਸੰਗਤ ਮਾੜੀ ਸੀ, ਸਿੱਖਿਆ ਮਾੜੀ ਸੀ, ਉਹਦੀ ਵਿਹਲਾ ਸੀ ਉਹ। ਜੇ ਚੰਗਾ ਸੁਣ ਨਹੀਂ ਨਾ ਸਕਦੇ ਤਾਂ ਮਾੜੇ ਨੂੰ ਨਿੰਦਣ ਦਾ ਕੋਈ ਹੱਕ ਨਹੀਂ ਤੈਨੂੰ। ਚੱਲ ਰਹੀ ਜੀ, ਨਵਾਂ ਬੰਦਾ ਐਡ ਹੋਇਆ ਸੁਰਿੰਦਰ ਅਰੋੜਾ ਜੀ। ਮੈਨੂੰ ਆ ਵਿੰਡੋ ਖਾਲੀ ਚਾਹੀਦੀ ਹੈ। ਗੌਰ ਸੇ ਦੇਖੀ, ਕੋਸ਼ਿਸ਼ ਕਰਾਂਗੇ ਪੂਰਾ ਕਰੀਏ, ਹੈ ਨਾ? ਸੀਮਾ ਡਾਇਰੈਕਟਰ ਸਰ, ਜਦੋਂ ਇਹ ਜਗ ਮਾਨੀ ਮਾਪੇ ਤੈਨੂੰ ਘੱਟ ਰੋਣਗੇ, ਬਹੁਤ ਰੋਣਗੇ ਦਿਲਾਂ ਦੇ ਜਾਨੀ, ਨੀ ਮਾਪੇ ਤੈਨੂੰ ਘੱਟ